ਗੁੱਡ ਮਾਰਨਿੰਗ ਸਟੂਡੈਂਟਸ, ਅੱਜ ਦੇ ਇਸ ਵੀਡੀਓ ਲੈਕਚਰ ਵਿੱਚ ਅਸੀਂ ਮੁਕਤਾ ਮਾਤਰਾ ਬਾਰੇ ਪੜ੍ਹਾਂਗੇ। ਮੁਕਤਾ ਪੰਜਾਬੀ ਦੀ ਸਭ ਤੋਂ ਪਹਿਲੀ ਮਾਤਰਾ ਹੁੰਦੀ ਹੈ। ਬੱਚਿਓ, ਮੁਕਤਾ ਮਾਤਰਾ ਦੀ ਵਿੱਚ ਕੋਈ ਵੀ ਮਾਤਰਾ ਇਸਤੇਮਾਲ ਨਹੀਂ ਹੁੰਦੀ, ਇਹ ਬਿਨਾਂ ਮਾਤਰਾ ਵਾਲੇ ਸ਼ਬਦ ਹੁੰਦੇ ਹਨ। ਸੋ ਅੱਜ ਅਸੀਂ ਕੁਝ ਸ਼ਬਦ ਕਰਾਂਗੇ ਮੁਕਤਾ ਮਾਤਰਾ ਵਾਲੇ, ਯਾਨੀ ਕਿ ਬਿਨਾਂ ਮਾਤਰਾ ਵਾਲੇ, ਠੀਕ ਹੈ। ਜਿੱਜਾ, ਲੱਲਾ, ਜਲ। ਬੱਚਿਓ, ਤੁਸੀਂ ਨਾਲ ਨਾਲ ਆਪਣੀ ਨੋਟਬੁੱਕ 'ਤੇ ਨੋਟ ਕਰੋ। ਹਾਹਾ, ਲੱਲਾ, ਹੱਲ। ਘੱਗਾ, ਰਾਰਾ, ਘਰ। ਬੱਬਾ, ਸੱਸਾ, ਬੱਸ। ਮੰਮਾ, ਟੈਂਕਾ, ਰਾਰਾ, ਮਟਰ। ਕੱਕਾ, ਲੱਲਾ, ਮੰਮਾ, ਕਲਮ। ਕੱਕਾ, ਮੰਮਾ, ਲੱਲਾ, ਕਮਲ। ਨੰਨਾ, ਮੰਮਾ, ਕੱਕਾ, ਨਮਕ। ਕੱਕਾ, ਸੱਸਾ, ਰਾਰਾ, ਤੱਤਾ, ਕਸਰਤ। ਥੱਥਾ, ਰਾਰਾ, ਮੰਮਾ, ਸੱਸਾ, ਥਰਮਸ। ਸੋ ਸਟੂਡੈਂਟ, ਹੁਣ ਅਸੀਂ ਮੁਕਤਾ ਮਾਤਰਾ ਵਾਲੇ ਸ਼ਬਦਾਂ ਨੂੰ ਨੋਟਬੁੱਕ 'ਤੇ ਨੋਟ ਕਰਾਂਗੇ। ਆਪਣੀ ਨੋਟਬੁੱਕ 'ਤੇ ਨੋਟ ਕਰੋ। ਪਹਿਲਾ ਸ਼ਬਦ ਹੈ ਜਿੱਜਾ, ਲੱਲਾ, ਜਲ। ਦੂਸਰਾ ਸ਼ਬਦ ਹੈ ਹਾਹਾ, ਲੱਲਾ, ਹੱਲ। ਤੀਸਰਾ ਸ਼ਬਦ ਹੈ ਘੱਗਾ, ਰਾਰਾ, ਘਰ। ਨੈਕਸਟ, ਬੱਬਾ, ਸੱਸਾ, ਬੱਸ। ਨੈਕਸਟ, ਮੰਮਾ, ਟੈਂਕਾ, ਰਾਰਾ, ਮਟਰ। ਕੱਕਾ, ਲੱਲਾ, ਮੰਮਾ, ਕਲਮ। ਕੱਕਾ, ਮੰਮਾ, ਲੱਲਾ, ਕਮਲ। ਨੰਨਾ, ਮੰਮਾ, ਕੱਕਾ, ਨਮਕ। ਨੈਕਸਟ, ਕੱਕਾ, ਸੱਸਾ, ਰਾਰਾ, ਤੱਤਾ, ਕਸਰਤ। ਨੈਕਸਟ, ਥੱਥਾ, ਰਾਰਾ, ਮੰਮਾ, ਸੱਸਾ, ਥਰਮਸ। ਇਸੇ ਤਰ੍ਹਾਂ ਬੱਚਿਓ, ਹੁਣ ਅਸੀਂ ਆਪਣੀ ਅਗਲੀ ਮਾਤਰਾ ਕਰਾਂਗੇ, ਜੋ ਕਿ ਹੈ ਕੰਨਾ। ਸੋ ਬੱਚਿਓ, ਕੰਨਾ ਮਾਤਰਾ ਵਾਲੇ ਸ਼ਬਦ ਲਿਖਾਂਗੇ ਹੁਣ ਅਸੀਂ। ਕੰਨਾ ਮਾਤਰਾ ਦਾ ਨਿਸ਼ਾਨ ਕਿੱਦਾਂ ਦਾ ਹੁੰਦਾ ਹੈ, ਸਾਈਨ ਕਿਹੜਾ ਹੁੰਦਾ ਹੈ, ਦੇਖੋ ਧਿਆਨ ਨਾਲ। ਕੰਨਾ ਮਾਤਰਾ ਦਾ ਨਿਸ਼ਾਨ ਹੁੰਦਾ ਹੈ ਛੋਟੀ ਡੰਡੀ, ਠੀਕ ਹੈ। ਕੋਈ ਵੀ ਅੱਖਰ ਜਿੱਦਾਂ ਕੱਕਾ, ਉਹਨੂੰ ਕੰਨਾ ਪਾਉਣਾ ਤਾਂ ਕੰਨਾ ਕਿੱਦਾਂ ਪਏਗਾ, ਇੱਦਾਂ ਉਹਦੇ ਨਾਲ ਕੰਨਾ ਛੋਟੀ ਲਾਈਨ ਹੁੰਦੀ ਆ, ਉਹਨੂੰ ਕੀ ਕਹਿੰਦੇ ਆ, ਕੰਨਾ ਦੀ ਮਾਤਰਾ, ਰਾਰਾ, ਠੀਕ ਹੈ। ਹੁਣ ਅਸੀਂ ਕੁਝ ਸ਼ਬਦ ਕਰਾਂਗੇ ਕੰਨਾ ਮਾਤਰਾ ਵਾਲੇ, ਆਪਣੀ ਨੋਟਬੁੱਕ 'ਤੇ ਨੋਟ ਕਰੋ। ਕੱਕਾ, ਕੱਕੇ ਨੂੰ ਕੰਨਾ, ਰਾਰਾ, ਕਾਰ। ਥੱਥਾ, ਥੱਥੇ ਨੂੰ ਕੰਨਾ, ਲੱਲਾ, ਥਾਲ। ਐੜਾ, ਨੰਨੇ ਨੂੰ ਕੰਨਾ, ਰਾਰਾ, ਅਨਾਰ। ਚੀਚਾ, ਮੰਮਾ, ਚੀਚੇ ਨੂੰ ਕੰਨਾ, ਚਮਚਾ।
जज्जा हाहे नु कन्ना जज्जा जहाज चचे नु कन्ना वावा लल्ला चावल दद्दा वावे नु कन्ना तत्ता दवात मम्मा मम्मे नु कन्ना लल्ले नु कन्ना माला बब्बा दद्दे नु कन्ना मम्मा बदाम मम्मा कक्के नु कन्ना नन्ना मकान। बच्चों इन्हां दोनों मात्रावां नू तुसी अपनी फेयर कॉपी ते नोट करना है।